ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਪ੍ਰਾਊਡ ਫੀਲ ਕਰ ਰਿਹਾ ਕਿ ਮੈਂ ਆਪਣੀ ਇਸ ਸੁਮਨ ਭੈਣ ਅਤੇ ਸਿਮਰਨ ਭੈਣ ਜਿਹੜੀ ਰਾਜਪੁਰੇ ਤੋਂ ਆ ਗਈ ਹੈ, ਜਿਸ ਚੀਜ਼ ਦਾ ਇੰਤਜ਼ਾਰ ਸੀ, ਅਸੀਂ ਸੰਗਤ ਨਾਲ ਵਾਅਦਾ ਕੀਤਾ ਸੀ ਇਸੇ ਕਾਟ 'ਤੇ ਖੜ੍ਹੇ ਹੋ ਕੇ, ਕਿ ਬੜੀ ਜਲਦੀ ਉਹ ਦਿਨ ਆਏਗਾ ਜਿਸ ਦਿਨ ਮਾਂ ਭੂਆ ਦੇ ਨਾਲ ਬੱਚਿਆਂ ਦੇ ਸਮੇਤ ਇਸ ਕਾਟ 'ਤੇ ਖੜ੍ਹੀ ਹੋਏਗੀ। ਆਖਿਰਕਾਰ ਉਹ ਦਿਨ ਆ ਗਿਆ। ਇੱਕ ਚੀਜ਼ ਦੀ ਕਮੀ ਜ਼ਰੂਰ ਹੈ ਕਿ ਜਿਸ ਸ਼ਖਸ ਨੇ ਇਸ ਕਾਟ ਨੂੰ ਸ਼ੁਰੂ ਕੀਤਾ ਸੀ ਉਹ ਉਹਨਾਂ ਦੇ ਵਿੱਚ ਨਹੀਂ ਹੈ। ਮੈਂ ਆਪਣੀ ਭੈਣ ਨੂੰ ਇਸ ਗੱਲ ਨੂੰ ਕਹੀ ਸੀ ਕਿ ਤੁਹਾਡਾ ਉਹ ਭਰਾ ਚਲਾ ਗਿਆ, ਇਹ ਭਰਾ ਤੁਹਾਡੇ ਨਾਲ ਖਲੋਤਾ, ਔਰ ਉਸ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਜ਼ਰੂਰ ਕਰਾਂਗਾ ਕਿ ਉਸ ਦਸਮ ਪਾਤਸ਼ਾਹ ਨੇ ਇਹ ਸੇਵਾ ਮੇਰੀ ਝੋਲੀ ਪਾਈ ਅਤੇ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਨਿਰਪੱਖ ਹੋ ਕੇ ਇਸ ਪਰਿਵਾਰ ਨੂੰ ਇੱਕਜੁੱਟ ਕਰ ਸਕਾਂ। ਕਾਫੀ ਵੀਡੀਓ ਦੇਖੀਆਂ ਨੇ, ਮੈਂ ਆਪਣੇ ਯੂਟਿਊਬਰ ਵੀਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਵਿਊ ਸਾਰੇ ਲੈਂਦੇ ਹਾਂ, ਮੈਂ ਵੀ ਲੈਂਦਾ ਵਾਂ, ਮਗਰ ਉਪਰਾਲਾ ਉਹੋ ਜਿਹਾ ਕਰੀਏ ਜਿੱਥੇ ਇੱਕ ਫੈਮਲੀ ਦੇ ਵਿੱਚ ਕੋਈ ਡਿਸਪਿਊਟ ਪਿਆ ਉਹਨੂੰ ਕਿਸ ਤਰੀਕੇ ਨਾਲ ਨਿਬੇੜਨਾ, ਉਹ ਕੋਸ਼ਿਸ਼ ਜ਼ਰੂਰ ਕਰਿਆ ਕਰੀਏ ਕਿ ਉਹ ਫੈਮਲੀ ਇੱਕਜੁੱਟ ਹੋ ਕੇ, ਇੱਕਮੁੱਠ ਹੋ ਕੇ ਇਹ ਵਰਕ ਨੂੰ, ਇਸ ਕੰਮ ਨੂੰ ਅੱਗੇ ਵਧਾਏ, ਕਿਉਂਕਿ ਬੱਚੇ ਦੇ ਉੱਤੇ ਉਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ। ਬੱਚੇ ਬਥੇਰੇ ਇਹੋ ਜਿਹੇ ਕੰਮ ਕਰਦੇ ਨੇ, ਲੇਕਿਨ ਵਾਇਰਲ ਹੋਣ ਵਾਸਤੇ ਇਹਦਾ ਨੰਬਰ ਕਿਉਂ ਆਇਆ? ਕਿਉਂਕਿ ਉਸ ਵਾਹਿਗੁਰੂ ਨੇ ਕਿਰਪਾ ਕੀਤੀ। ਅਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ, ਜਿਹੜੇ ਦਿਨ ਦਾ ਇੰਤਜ਼ਾਰ ਸੀ ਸਾਰਿਆਂ ਨੂੰ, ਕਿ ਵੀ ਸਿਮਰਨ ਬੱਚਿਆਂ ਦੀ ਮਾਂ ਵੀ ਆਪਣੀ ਨਨਾਣ ਦੇ ਨਾਲ ਖੜ੍ਹੀ ਹੋਵੇ, ਬੱਚਿਆਂ ਦੇ ਨਾਲ ਖੜ੍ਹੀ ਹੋਵੇ, ਆਖਿਰਕਾਰ ਉਹ ਦਿਨ ਆ ਗਿਆ। ਉਹ ਅੱਜ ਹੀ ਤੁਹਾਨੂੰ ਪਹਿਲੇ ਪੁੱਛਣਾ ਚਾਹਾਂਗਾ ਵੀ ਕਿੱਦਾਂ ਦਾ ਲੱਗ ਰਿਹਾ, ਤੁਸੀਂ ਇਹ ਦੱਸੋ ਵੀ ਅੱਜ ਦਾ ਦਿਨ ਦਾ ਇੰਤਜ਼ਾਰ ਸੀ। ਸਹੀ ਲੱਗ ਰਿਹਾ, ਹੋਰ ਕਿੱਦਾਂ ਦਾ ਲੱਗੇਗਾ, ਹੁਣ ਮੈਂ ਕੀ ਬੋਲਾਂ। ਬੜੇ ਖੁਸ਼ ਹੋ, ਸਾਰਾ ਪਰਿਵਾਰ ਇਕਜੁੱਟ ਹੋ ਗਿਆ, ਬੱਚਿਆਂ ਖਾਤਰ ਸਭ ਕੁਝ ਰਾਜੀ ਆ, ਬਹੁਤ ਵਧੀਆ। ਸਿਮਰਨ ਜੀ, ਤੁਹਾਨੂੰ ਕਿੱਦਾਂ ਲੱਗ ਰਿਹਾ ਅੱਜ ਤੁਸੀਂ ਕਾਰਡ ਤੇ ਆ ਗਏ? ਵਧੀਆ ਲੱਗ ਰਿਹਾ। ਚਲੋ ਹੁਣ ਤੁਸੀਂ ਅੱਖਾਂ ਤੇ ਅੰਜੂ ਨਾ ਵਹਾਓ, ਖੁਸ਼ੀ ਦਾ ਦਿਨ ਹੈ ਅੱਜ, ਸਾਰਾ ਪਰਿਵਾਰ ਇੱਕੇ। ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨਾ ਤੇ ਭੂਆ ਨੂੰ ਵੀ ਕਹਿਣਾ ਕਿ ਮਿਲ ਜੁਲ ਕੇ ਕੰਮ ਕਰੋ, ਖੂਬ ਤਰੱਕੀ ਕਰੋ। ਸਾਰੇ ਯੂਟਿਊਬਰਾਂ ਨੂੰ ਬੇਨਤੀ, ਪੋਜ਼ਿਟਿਵ ਅਸੀਂ ਫੈਲਾਈਏ, ਨੈਗੇਟਿਵ ਨੂੰ ਹੁਣ ਰੋਕ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿਸਕਾ?